ਵਧਾਈਆਂ ਹੁਣ ਫੇ ਸਾਰਿਆਂ ਨੂੰ ਹੈ ਤੁਹਾਨੂੰ ਵੀ ਮੰਮੀ ਸੰਦੀਪ ਵਧਾਈਆਂ ਕਵਲ ਤੈਨੂੰ ਵਧਾਈਆਂ ਤੁਹਾਨੂੰ ਬਹੁਤੀਆਂ ਬਹੁਤੀਆਂ ਮੰਮੀ ਅੱਜ ਤੋਂ ਤੁਹਾਡੇ ਨੂੰ ਬਹੁਤ ਕਾਨੂੰਨੀ ਤੌਰ ਤੇ ਵੀ ਪੱਕੇ ਇੱਕ ਦੂਜੇ ਦੇ ਹਸਬੰਡ ਵਾਈਫ ਹੋ ਗਏ ਆ ਚੱਲ ਲਿਆ ਫੇ ਕਰਾ ਮੂੰਹ ਮਿੱਠਾ ਕਿਉਂ ਗੱਡੀ 'ਚ ਕਿੱਥੋਂ ਰਹਿੰਦੇ ਜਿੱਥੇ ਨਾਲ ਲੈ ਕੇ ਆਉਂਦੇ ਸੀ ਤੇਰਾ ਦਿਮਾਗ ਤੇ ਨਹੀਂ ਖਰਾਬ ਜੇ ਉੱਥੇ ਨਹੀਂ ਪਤਾ ਲੱਗਾ ਹੁਣ ਮੈਂ ਹੱਥ ਫੜੇ ਹੁੰਦੇ ਜੇ ਕੋਈ ਵੀ ਜਾਣਾ ਕਹਿ ਦਿੰਦਾ ਕਿ ਲਿਆ ਵਿਖਾਲ ਤਾਂ ਫੇਰ ਹਾਏ ਮੇਰਾ ਵੀ ਦਿਮਾਗ ਸੱਚੀ ਗੱਲ ਆ ਕਦੀ ਕਦੀ ਖਰਾਬ ਹੀ ਹੋ ਜਾਂਦਾ ਵਾ ਸਾਰੇ ਪੈਲੀ ਵਾਲੇ ਪੇਪਰ ਦੇ ਵਿੱਚ ਲੱਗੇ ਆ ਗੱਡੀ ਮੈਂ ਲੋਕ ਕਰਤੀ ਆ ਕੋਈ ਨਹੀਂ ਪਰਦੇ ਜੇ ਨਾਲ ਕੱਢ ਲਾਂਗੇ ਵਿੱਚੋਂ ਤੇ ਉਹ ਨਾ ਕਾਲਾ ਟਿੱਕਾ ਲਾ ਕੇ ਰੱਖਿਆ ਕਰੋ ਕਿਸੇ ਦੀ ਬੁਰੀ ਨਜ਼ਰ ਲੱਗ ਜਾਂਦੀ ਹੁੰਦੀ ਆ ਉਹ ਚੱਲ ਬੱਸ ਵੀ ਕਰ ਹੁਣ ਹੋਰ ਕਿੰਨੇ ਕੁ ਮਸਕੇ ਲਾਉਣੇ ਹੀ ਹੋ ਦੀਦੀ ਤੁਸੀਂ ਨਾ ਇਹਨਾਂ ਦੋਵਾਂ ਜਾਣਾਂ ਤੋਂ ਬਚ ਕੇ ਰਿਹਾ ਕਰੋ ਮੈਨੂੰ ਤੇ ਬੜਾ ਡਰ ਲੱਗਦਾ ਜੇ ਇਹਨਾਂ ਕੋਲੋਂ ਭੈਣ ਦਿਆ ਵੀਰਾ ਦੋ ਤਿੰਨ ਕਿਸ਼ਤਾਂ ਟੁੱਟ ਜਾਣ ਤੇ ਬੈਂਕ ਕਾਰਵਾਈ ਕਰੂਗਾ ਉਹ ਜਿਹੜੇ ਕਰਜ਼ੇ ਦੀਆਂ ਸਾਲਿਕ ਕਿਸ਼ਤਾਂ ਨਹੀਂ ਤਾਰੀਆਂ ਉਹਦੇ ਤੇ ਬੈਂਕ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਛੱਡੋ ਭਈਆ ਕਾਂਡੇ ਯਾਰ ਬੰਦਿਆਂ ਵਾਂਗੂ ਇੱਥੇ ਬਹਿ ਮੈਨੂੰ ਬੰਦਿਆਂ ਵਾਂਗੂ ਦੱਸ ਦੇ ਕੀ ਕਾਲਾ ਮਾਲਾ ਸੀ ਉਹਦੇ ਵਿੱਚ ਇਹ ਬੰਦੇ ਨੇ ਦੋ ਵਾਰੀ ਯਕੀਨ ਤੋੜਿਆ ਸਾਡਾ ਸੰਦੀਪ ਹੁਣ ਅਜੇ ਜਾਂ ਤੇ ਇਹ ਹੈ ਨਹੀਂ ਤੇ ਜਾਂ ਮੈਂ ਹੈ ਨਹੀਂ ਤੁਸੀਂ ਇੰਨੇ ਗੁੱਸੇ 'ਚ ਨਾ ਆਓ ਆਪਣਾ ਗੁੱਸਾ ਕਾਬੂ 'ਚ ਰੱਖੋ ਕੋਈ ਨਹੀਂ ਆਰਾਮ ਨਾਲ ਬਹਿ ਕੇ ਗੱਲ ਕਰਾਂਗੇ ਜਾ ਕੇ ਅਜੇ ਵੀ ਆਖੀ ਜਾਂਦੀ ਹੈ ਗੁੱਸਾ ਇਹ ਕਾਬੂ ਦੇ ਵਿੱਚ ਰੱਖੋ ਉਹ ਇੰਨਾ ਕੁਝ ਉਹਨੇ ਸਾਡੇ ਨਾਲ ਕਰ ਦਿੱਤਾ ਅਜੇ ਵੀ ਮੈਂ ਗੁੱਸੇ ਦੇ ਉੱਤੇ ਕੰਟਰੋਲ ਰੱਖ ਲਾ ਮੇਰੇ ਕੋਲ ਨਹੀਂ ਰੱਖਿਆ ਜਾਂਦਾ ਹੁਣ ਜਾਂ ਤੇ ਉਹ ਹੈ ਨਹੀਂ ਤੇ ਜਾਂ ਮੈਂ ਹੈ ਨਹੀਂ ਕੁਝ ਨਾ ਕੁਝ ਹੋਊਗਾ ਹੁਣ ਕਰ ਧਿਆਨ ਨਾਲ ਗੱਡੀ 'ਚ ਲਾਓ ਪਹਿਲਾਂ ਬਾਬਾ ਇੰਨੇ ਗੁੱਸੇ 'ਚ ਨਾ ਆਓ ਤੁਹਾਨੂੰ ਮੈਂ ਕਹਿਣ ਦੀ ਐਵੇਂ ਕੋਈ ਨੁਕਸਾਨ ਹੋਊਗਾ ਇਹਦੇ ਤੋਂ ਵੱਡਾ ਹੋਰ ਨੁਕਸਾਨ ਕਿਹੜਾ ਹੋਣਾ ਇਹੋ ਜਿਹੇ ਬੰਦੇ ਭਰਾਵਾਂ ਭਰਾਵਾਂ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਨੇ ਜਦੋਂ ਇਹੋ ਜਿਹੇ ਭਰਾ ਹੋਣ ਤੇ ਫਿਰ ਦੁਸ਼ਮਣਾਂ ਦੀ ਕੀ ਲੋੜ ਵਾ ਜਦੋਂ ਆਪਣਿਆਂ ਦੇ ਸੱਪ ਬਣ ਬਣ ਕੇ ਡੰਗਣਾ ਵਾ ਮੈਂ ਤੁਹਾਨੂੰ ਬਾਰ ਬਾਰ ਇੱਕੋ ਹੀ ਗੱਲ ਕਹਿਣ ਦੀ ਆ ਵੀ ਆਪਣੇ ਦਿਮਾਗ ਤੇ ਕੰਟਰੋਲ ਰੱਖੋ ਗੁੱਸੇ ਦੇ ਵਿੱਚ ਬੰਦੇ ਨੂੰ ਸਮਝ ਨਹੀਂ ਲੱਗਦੀ ਹੁੰਦੀ ਕੀ ਬੋਲਣ ਡਿਆ ਕੀ ਕਰਨ ਡਿਆ ਵਾ ਪਹਿਲਾਂ ਗੱਡੀ ਆਰਾਮ ਨਾਲ ਚਲਾਓ ਘਰ ਜਾ ਕੇ ਗੱਲ ਕਰਦੇ ਆ ਮੇਰੇ ਕੋਲ ਨਹੀਂ ਕੰਟਰੋਲ ਰੱਖਿਆ ਜਾਂਦਾ ਗੱਲ ਇੰਨੀ ਗਾਹ ਵੱਧ ਗਈ ਆ ਅਜੇ ਵੀ ਆਖੀ ਜਾਂਦੀ ਆ ਇਹ ਕੰਟਰੋਲ ਰੱਖੋ ਮੈਨੂੰ ਯਾਰ ਵਿਖਾਈ ਦੇਣ ਡਿਆ ਇਹ ਬੰਦਾ ਮੈਂ ਨਾ ਮੈਂ ਛੇਤੀ ਤੋਂ ਛੇਤੀ ਘਰ ਪਹੁੰਚਾਂ ਫੇਰ ਜਾ ਕੇ ਇਹਨੂੰ ਮੈਂ ਦੱਸਾਂ ਤੁਹਾਡੀ ਉਂਗਲ ਤੇ ਕੀ ਹੋਇਆ ਵਾ ਆ ਖੂਨ ਕਾਤੋਂ ਵਗਣ ਡਿਆ ਆ ਪਤਾ ਨਹੀਂ ਆ ਉਹਦੇ ਨਾਲ ਹੱਥੋਂ ਪਾਈ ਦੇ ਅੱਜ ਕਿਤੇ ਨੁੱਕਰ ਨੱਕਰ ਵੱਜ ਗਈ ਹੋਣੀ ਆ ਗੁੱਸੇ ਦੇ ਇੰਨੇ ਆ ਕਿ ਪਤਾ ਵੀ ਨਹੀਂ ਲੱਗਣ ਡਿਆ ਵੀ ਕੋਈ ਸੱਟ ਸੁੱਟ ਲੱਗੀ ਆ ਇੱਥੇ ਰੋਕ ਕੇ ਗਏ ਮੈਡੀਕਲ ਸਟੋਰ ਤੋਂ ਤੇ ਬੈਂਡੇਜ ਲੈ ਲਓ ਤਾਂ ਗੱਡੀਆਂ ਦੇ ਵਿੱਚ ਹੁੰਦਾ ਉਹ ਬਾਕਸ ਜਿਹਾ ਦਵਾਈਆਂ ਵਾਲਾ ਵੇਖ ਉਹਦੇ ਵਿੱਚ ਹੋਣੀ ਆ ਕੋਈ ਪਈ ਤਾਂ ਤੂੰ ਦੱਸਿਆ ਤਾਂ ਮੈਨੂੰ ਪਤਾ ਲੱਗਾ ਵਾ ਲੈ ਬੈਂਡੇਜ ਤੇ ਉਦਾਂ ਹੀ ਕਿੰਨੇ ਪਏ ਹੈਗੇ ਵਿੱਚ ਇੱਥੇ ਗੱਡੀ ਸਾਈਡ ਤੇ ਰੋਕੋ ਮੈਂ ਤੁਹਾਡੇ ਬੈਂਡੇਜ ਲਾ ਦਾਂ ਪਹਿਲਾਂ ਇੱਥੇ ਰੋਕ ਲਓ ਇੱਧਰ ਕਰੋ ਸੰਦੀਪ ਮੈਂ ਕਦੀ ਨਹੀਂ ਸੋਚਿਆ ਯਾਰ ਇਹ ਬੰਦਾ ਸਾਡੇ ਨਾਲ ਇੰਨਾ ਕੁਝ ਕਰੂਗਾ ਮੈਂ ਤਾਂ ਸੋਚਿਆ ਕਿ ਉਹ ਛੋਟੇ ਮੋਟੇ ਟੰਕੇ ਲਾਉਂਦਾ ਹੋਣਾ ਵਾ ਵੇਖੋ ਇਹ ਕਿੱਥੋਂ ਤੱਕ ਗੱਲ ਪਹੁੰਚ ਗਈ ਹੈ ਕਿੰਨਾ ਕੁ ਲਾਲਚ ਭਰਿਆ ਪਿਆ ਇਹ ਬੰਦੇ ਦੇ ਅੰਦਰ ਕੋਈ ਨਹੀਂ ਜਿੰਨਾ ਮਰਜ਼ੀ ਲਾਲਚ ਕਰ ਲੈ ਨਿਕਲ ਹੀ ਆਉਂਦਾ ਹੁੰਦਾ ਬੰਦੇ ਦਾ ਬਾਹਰ ਹੱਕ ਦੀ ਕਮਾਈ ਪਚਦੀ ਆ ਯਾਰ ਸੰਦੀਪ ਇਹੋ ਜਿਹੇ ਬੰਦਿਆਂ ਨੂੰ ਹੱਕ ਦੀ ਨਹੀਂ ਉਹਨੇ ਹੱਕ ਵੀ ਪਚੀ ਜਾਂਦੀ ਆ ਇਹੋ ਜਿਹਿਆਂ ਨੂੰ ਫਿਰ ਜਦੋਂ ਨਿਕਲਦੀ ਹੁੰਦੀ ਆ ਨਾ ਫਿਰ ਰੱਬ ਨੂੰ ਪਤਾ ਕੀ ਕਹਿੰਦੇ ਹੁੰਦੇ ਆ ਉਹ ਰੱਬਾ ਅਸੀਂ ਕੀ ਮਾੜਾ ਕੀਤਾ ਆ ਫਿਰ ਇਹ ਨਹੀਂ ਉਹਨਾਂ ਨੂੰ ਚੇਤਾ ਹੁੰਦਾ ਆਹ ਕੀ ਆ ਕਵਲ ਆ ਇਹਨਾਂ ਪੇਪਰਾਂ ਦੇ ਉੱਪਰ ਆਪਣੇ ਸਾਈਨ ਕਾਹਦੇ ਆ ਮੈਰਿਜ ਸਰਟੀਫਿਕੇਟ ਦੇ ਸਾਈਨ ਆ ਹੋਰ ਕਾਹਦੇ ਆ ਉਹਦੇ ਫਾਰਮ ਆ ਇਹ ਇੱਥੇ ਕਾਹਤੋਂ ਪਏ ਕਾਗਜ਼ ਆਪਣੇ ਇਹਦੇ ਵਿੱਚ ਹੀ ਰਹਿਣ ਦਿੱਤੇ ਹੋਣੇ ਆ ਕਿ ਉਹਨੇ ਵੱਡੇ ਚਲਾਕ ਨੇ ਅਗਰੀ ਆ ਤੇ ਜ਼ਮੀਨ ਦੇ ਪੇਪਰ ਵਾ ਇਹ ਇੱਥੇ ਕੀ ਕਰਨ ਦੇ ਇਹਨਾਂ ਦੇ ਵਿੱਚ ਵੇਖੋ ਤੇ ਸਹੀ ਹਾਏ ਆਪਣੀ ਫੋਟੋ ਆ ਤੇ ਆਪਾਂ ਉਹ ਕੋਰਟ ਮੈਰਿਜ ਜਿੱਦਣ ਕਰਾਉਣਗੇ ਉੱਥੇ ਲਵਾਈ ਸੀ ਤੇ ਆ ਤੇ ਇੱਥੇ ਕਿੱਦਾਂ ਆ ਗਈ ਆ ਸੰਦੀਪ ਸਾਰੀ ਗੇਮ ਸਮਝ ਆ ਗਈ ਆ ਮੈਨੂੰ ਸਾਰੀ ਗੇਮ ਸਮਝ ਆ ਗਈ ਆ ਮੈਨੂੰ ਆ ਵੇਖ ਚੰਗੀ ਤਰ੍ਹਾਂ ਆ ਵੇਖ ਕਿਹੜੀ ਕਰਤੂਤ ਕੀਤੀ ਆ ਇਹਨੇ ਆ ਵੇਖ ਆ ਕਿਹੜੀ ਕਰਤੂਤ ਕੀਤੀ ਇਹਨੇ ਇਹਨੇ ਪੈਲੀ ਆਪਣੇ ਨਾਲ ਵਾਲੀ ਆ ਲੱਗ ਗਈ ਸਮਝ ਸਾਰੀ ਕਾਤੋਂ ਇੰਨਾ ਕਾਲਾ ਪਿਆ ਸੀ ਸਾਡੀ ਕੋਰਟ ਮੈਰਿਜ ਕਰਵਾਉਣ ਨੂੰ ਵਿਆਹ ਤੇ ਸਾਡਾ ਹੋਇਆ ਇਹਨੂੰ ਕੀ ਲੋੜ ਸੀ ਅੱਗੇ ਅੱਗੇ ਹੋ ਕੇ ਇੰਨੇ ਕੰਮ ਕਰਾਉਣ ਦੀ ਕਿੱਡੀਆਂ ਇਹਨੂੰ ਭਾਜੜਾਂ ਪਈਆਂ ਹੈਗੀਆਂ ਹੁਣ ਤੂੰ ਦੱਸ ਕਿ ਇਹ ਬੰਦਾ ਹੈਗਾ ਭਰਾ ਖਵਾਉਣ ਦੇ ਲਾਇਕ
ਇਹੋ ਜੇ ਭਰਾ ਤੇ ਕਲੰਕ ਆ ਕਲੰਕ ਭਰਾਵਾਂ ਦੇ ਨਾਂ ਤੇ ਜੇ ਇਹੋ ਜੇ ਭਰਾ ਹੋਣ ਤੇ ਦੁਸ਼ਮਣਾਂ ਦੀ ਕੀ ਲੋੜ ਆ ਬੁੱਕਲ ਦਾ ਸੱਪ ਨਿਕਲਿਆ ਇਹ ਬੰਦਾ ਤੇ ਤੂੰ ਆਖੀ ਜਾਨੀ ਸੀ ਇਹਦੇ ਨਾਲ ਜਾ ਕੇ ਕੋਈ ਗੱਲ ਨਾ ਕਰਿਓ ਠੰਡੇ ਰਹੋ ਇਹ ਹੁਣ ਦੱਸ ਮੈਨੂੰ ਕਿੱਦਾਂ ਠੰਡਾ ਰਹਿ ਲਾ ਮੈਂ ਕਿੱਦਾਂ ਨਾਲ ਗੱਲ ਕਰਾਂ ਮੈਂ ਘਰ ਜਾ ਕੇ ਕਾਹੇ ਜੋਗਾ ਨਹੀਂ ਛੱਡਿਆ ਇਹਨੇ ਸਾਨੂੰ ਕਬਲ ਮਿੰਦੇ ਯਕੀਨ ਨਹੀਂ ਆਉਂਦਿਆ ਕੋਈ ਇੰਨਾ ਬੇਈਮਾਨ ਕਿੱਦਾਂ ਹੋ ਸਕਦਾ ਆ ਇਹ ਤੇ ਹੱਦੋਂ ਵੱਧ ਗਿਰ ਗਿਆ ਵਾ ਤੇ ਕੱਲਾ ਇਹ ਹੀ ਨਹੀਂ ਪ੍ਰੀਤ ਵੀ ਬਰਾਬਰ ਦੀ ਹਿੱਸੇਦਾਰ ਆ ਇਹਦੇ ਵਿੱਚ ਤੇਰੇ ਕੇ ਦਿਲ 'ਚ ਆ ਕਿ ਪ੍ਰੀਤ ਨੂੰ ਕੁਛ ਪਤਾ ਨਹੀਂ ਹੋਊਗਾ ਉਹਦੀ ਸਹਿਮਤੀ ਦੇ ਨਾਲ ਹੀ ਇਹ ਸਾਰਾ ਕੁਛ ਹੋਇਆ ਵਾ ਇਹਨਾਂ ਦੋਵਾਂ ਜੀਆਂ ਨੇ ਰਲ ਕੇ ਇਹ ਸਾਰੇ ਕੰਮ ਕੀਤੇ ਆ ਮੈਨੂੰ ਨਹੀਂ ਪਤਾ ਉਹ ਇੰਨੀ ਕਾਹਤੋਂ ਇੰਨੀ ਖੁਸ਼ ਖੁਸ਼ ਫਿਰਨ ਡਈ ਆ ਥੋੜੇ ਕੁ ਦਿਨਾਂ 'ਚੋਂ ਉਹਨਾਂ ਨੂੰ ਕਿੱਥੇ ਇੰਨਾ ਚਾਅ ਹੋਣਾ ਸੀ ਸਾਡੇ ਵਿਆਹ ਦਾ ਜਿੰਨਾ ਉਹ ਦਿਖਾਉਣ ਡਈ ਸੀ ਕਿ ਮੈਨੂੰ ਚਾਅ ਹੀ ਬੜਾ ਆ ਵਿਚਲੀ ਗੱਲ ਤੇ ਆ ਹੀ ਅਸਲੀ ਨਹੀਂ ਤੇ ਜਨਾਨੀ ਚਾਹਵੇ ਨਾ ਤੇ ਆਪਣੇ ਆਦਮੀ ਨੂੰ ਤੇ ਸਹੀ ਮਤ ਦੇ ਹੀ ਸਕਦੀ ਆ ਨਾ ਪਰ ਨਹੀਂ ਪ੍ਰੀਤ ਵਰਗੀ ਜਿੱਥੇ ਜਨਾਨੀ ਹੋਵੇ ਉਹਨੇ ਪੁੱਠੀਆਂ ਮਤਾਂ ਹੀ ਦੇਣੀਆਂ ਹੁੰਦੀਆਂ ਵਾ ਬਸ ਸੰਦੀਪ ਬਹੁਤ ਹੋ ਗਿਆ ਹੁਣ ਇਹ ਬੰਦੇ ਦੀ ਇਸ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਹੁਣ ਇਹਨੂੰ ਮੈਂ ਧੱਕੇ ਮਾਰ ਕੇ ਘਰੋਂ ਕੱਢਣਾ ਜਾਂ ਤੇ ਹੁਣ ਮੈਂ ਜਾਣਦਾ ਵਾਂ ਤੇ ਜਾਂ ਮੇਰਾ ਰੱਬ ਜਾਣਦਾ ਕਿ ਮੈਂ ਇਹਨਾਂ ਦੇ ਨਾਲ ਕੀ ਕਰੂੰਗਾ ਦੁਸ਼ਮਣ ਤੋਂ ਖਤਰਾ ਘੱਟ ਹੁੰਦਾ ਆਪਣਿਆਂ ਤੋਂ ਬਚ ਕੇ ਰਹਿ ਸੱਜਣਾ ਉਹ ਦੁਸ਼ਮਣ ਤੋਂ ਖਤਰਾ ਘੱਟ ਹੁੰਦਾ ਆਪਣਿਆਂ ਤੋਂ ਬਚ ਕੇ ਰਹਿ ਸੱਜਣਾ ਮੰਮੀ ਹਾਂ ਵਿੱਕੀ ਭਾਬੀ ਦੇ ਭਰਾ ਦਾ ਫੋਨ ਆਉਣ ਡਿਆ ਸੀ ਕਹਿੰਦਾ ਅਜੇ ਤੱਕ ਪਹੁੰਚੇ ਨਹੀਂ ਉਹ ਹੈ ਉਹ ਤੇ ਘਰੋਂ ਕਿੰਨੇ ਚਿਰ ਦੇ ਗਏ ਤੇ ਅਜੇ ਤੱਕ ਪਹੁੰਚੇ ਕਿਉਂ ਨਹੀਂ ਗਏ ਆਹੋ ਮੈਂ ਤਾਂ ਆਪ ਸੋਚਣ ਡਿਆ ਵਾਂ ਵੀ ਅਸੀਂ ਜਦੋਂ ਪੈਲੀਆਂ ਨੂੰ ਚੱਲੇ ਸੀ ਮੈਂ ਤਾਂ ਤੁਹਾਨੂੰ ਉਦੋਂ ਦੇ ਉਹ ਤੁਰੇ ਆ ਤੇ ਆਪਾਂ ਕਿੰਨਾ ਕੰਮ ਕਰਕੇ ਘਰ ਆ ਗਏ ਹਾਂ ਤੇ ਉਹ ਪਹੁੰਚੇ ਨਹੀਂ ਅਜੇ ਤੱਕ ਵਿੱਕੀ ਇਹ ਕੀ ਗੱਲ ਪਹੁੰਚੇ ਕਿਉਂ ਨਹੀਂ ਗਏ ਉਹ ਪਤਾ ਨਹੀਂ ਮੰਮੀ ਮੈਨੂੰ ਤਾਂ ਡਰ ਹੀ ਲੱਗੀ ਜਾਣ ਡਿਆ ਵੀ ਗੱਲ ਕੀ ਹੋਈ ਹੈ ਜਿਹੜਾ ਪਹੁੰਚੇ ਨਹੀਂ ਅਜੇ ਤੱਕ ਉਹ ਮੰਮੀ ਜੀ ਫਿਕਰ ਕਿਉਂ ਕਰਦੇ ਜੇ ਆਹ ਵੇਖੋ ਮੌਸਮ ਕਿੰਨਾ ਖਰਾਬ ਹੋਇਆ ਕੀ ਪਤਾ ਮੀਂਹ ਮੂੰਹ ਆਉਣ ਡਿਆ ਹੋਵੇ ਤੇ ਕਿਤੇ ਰੁਕ ਗਏ ਹੁਣ ਪ੍ਰੀਤ ਮੈਨੂੰ ਤਾਂ ਸਵੇਰ ਦਾ ਹੀ ਹੋਰ ਤਰ੍ਹਾਂ ਹੋਈ ਜਾਣ ਡਿਆ ਆ ਦੋਵੇਂ ਜਾਣੇ ਠੀਕ ਠਾਕ ਹੋਣ ਸਹੀ ਲੈ ਤੁਸੀਂ ਵੀ ਆਣ ਕੇ ਮੰਮੀ ਨੂੰ ਉਸ ਵੇਲੇ ਗੱਲ ਦੱਸ ਦਿਆ ਕਰੋ ਮੰਮੀ ਦੇ ਅੱਗੇ ਬੜੀ ਫਿਕਰ ਕਰਦੇ ਆ ਤੇ ਵਿੱਕੀ ਫੋਨ ਕਰਕੇ ਵੇਖਣਾ ਸੀ ਨਾ ਉਹਨਾਂ ਨੂੰ ਉਹ ਫੋਨ ਤਾਂ ਮੈਂ ਕੀਤਾ ਭਾਬੀ ਲੱਗਣ ਨਹੀਂ ਡਿਆ ਨੈਟਵਰਕ ਖੇਤਰ ਤੋਂ ਬਾਹਰ ਆਉਣ ਡਿਆ ਮੌਸਮ ਖਰਾਬ ਆ ਨਾ ਮੈਨੂੰ ਲੱਗਦਾ ਤਾਂ ਕਰਕੇ ਫੋਨ ਨਹੀਂ ਲੱਗਣ ਡਿਆ ਪਰ ਵਿੱਕੀ ਮੈਨੂੰ ਬੜੀ ਟੈਨਸ਼ਨ ਪਈ ਸੀ ਉਹ ਟੈਨਸ਼ਨ ਤਾਂ ਹੈਗੀ ਆ ਮੰਮੀ ਹੁਣ ਦੱਸੋ ਕਰ ਵੀ ਕੀ ਸਕਦੇ ਆ ਵਿੱਕੀ ਹਾਰਨ ਵੱਜਾ ਜਾ ਹਨ ਇਹ ਗੱਡੀ ਕਿਹੜੀ ਆ ਕੀ ਗੱਲ ਹੋ ਗਈ ਵੀਰ ਗਏ ਨੀ ਰਾਜ ਮੋੜੇ ਉਹ ਤੂੰ ਉਹ ਸੱਪ ਵਾ ਜਿਹੜਾ ਘਰੋਂ ਦੁੱਧ ਪੀ ਕੇ ਨਾ ਤੇ ਘਰਦਿਆਂ ਨੂੰ ਡੰਗਦਾ ਘਰ ਚੱਲ ਕਿਹੜੀ ਕਰਤੂਤ ਕੀਤੀ ਤੁਸੀਂ ਮੈਨੂੰ ਆਖੀ ਜਾਂਦੇ ਮੂੰਹ ਨਾਲ ਗੱਲ ਕਰ ਉਹ ਜਦੋਂ ਤੁਹਾਨੂੰ ਇਹਦੀ ਕਰਤੂਤ ਦਾ ਪਤਾ ਲੱਗਣਾ ਨਾ ਤੁਸੀਂ ਇਹਨੂੰ ਆਪ ਜੁੱਤੀਆਂ ਮਾਰਨੀਆਂ ਨੇ ਜੁੱਤੀਆਂ ਉਹ ਬਹਿ ਜਾ ਪੁੱਛ ਲਈ ਬਹਿ ਯਾਰ ਕੋਈ ਗੱਲ ਨਹੀਂ ਕਿਹੜਾ ਜੁੱਤੀਆਂ ਖਾਣ ਵਾਲਾ ਕੰਮ ਕਰ ਲੈ ਪੁੱਛ ਤੂੰ ਨਹੀਂ ਕਰੀ ਫੇਰ ਉਹ ਚੁੱਪ ਕਰ ਨਾ ਗੱਲ ਮਾਰ ਯਾਰ ਤੂੰ ਬਹਿ ਨਹੀਂ ਇਹੋ ਜਿਹੇ ਇਹਨਾਂ ਨੇ ਕੀ ਕਰ ਦਿੱਤਾ ਜਿਹੜਾ ਤੁਸੀਂ ਉਹਨਾਂ ਨੂੰ ਮਾਰਨ ਤੱਕ ਜਾਣ ਡਿਆ ਜੇ ਚੁੱਪ ਕਰ ਜਾ ਨੀ ਬਹੁਤੀ ਚਲਾਕ ਬਣਦੀ ਆ ਇਦਾਂ ਕਰਨ ਦੀ ਜਿੱਦਾਂ ਤੈਨੂੰ ਕੱਖ ਪਤਾ ਹੀ ਨਹੀਂ ਹੁੰਦਾ ਤੈਨੂੰ ਸਾਰਾ ਪਤਾ ਆ ਸਾਰਾ ਹੀ ਪਤਾ ਆ ਤੈਨੂੰ ਨਹੀਂ ਕੀ ਪਤਾ ਮਿਸਨੀ ਜੀ ਕੀ ਪਤਾ ਦੱਸ ਤੇ ਸਹੀ ਸਬਰ ਰੱਖ ਸਬਰ ਦੱਸ ਦਿੰਨੇ ਆ ਜੀਤਾ ਤੂੰ ਕਹਿੰਦੀ ਸੀ ਨਾ ਕਿ ਇਹ ਇੰਨੀ ਛੇਤੀ ਬਦਲ ਕਿੱਦਾਂ ਗਏ ਆ ਇਹ ਇੰਨੇ ਮਿੱਠੇ ਕਿੱਦਾਂ ਹੋ ਗਏ ਆ ਦੀਦੀ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਸੀ ਮੁੰਡਾ ਦੇ ਵਿਗੜੇ ਨਾ ਕਦੀ ਸੁਧਰ ਨਹੀਂ ਸਕਦੇ ਆ ਮੰਮੀ ਕਹੀ ਜਾਂਦੇ ਸੀ ਕਲਯੁਗ ਵਾ ਕਲਯੁਗ ਵਿੱਚ ਸਭ ਕੁਝ ਹੋ ਸਕਦਾ ਵਾ ਪਰ ਐਡਾ ਵੀ ਘੋਰ ਕਲਯੁਗ ਨਹੀਂ ਕਿ ਇਹੋ ਜਿਹੇ ਸੁਧਰ ਜਾਣ ਵੇਖੋ ਦੱਸੋਗੇ ਵੀ ਕਿਵੇਂ ਖੱਪ ਪਾਈ ਜਾਣੀ ਆ ਹੁਣ ਕਿਹੜਾ ਨਵਾਂ ਸਟੈਪ ਖੜਾ ਹੋ ਗਿਆ ਆ ਹਾਂ ਹਾਂ ਮੰਮੀ ਜੀ ਸਾਰਾ ਕੁਝ ਦੱਸਦੇ ਆ ਕਵਲ ਹੁਣ ਮੈਂ ਦੱਸਾਂ ਕਿ ਜਾਂ ਤੁਸੀਂ ਦੱਸੋਗੇ ਇਹਨਾਂ ਦੀਆਂ ਕਰਤੂਤਾਂ ਤੂੰ ਰਹਿਣ ਦੇ ਇਹਦੀ ਸਾਰੀ ਕਰਤੂਤ ਤਾਂ ਮੈਂ ਦੱਸਦਾ ਸਾਰਿਆਂ ਜਾਣਿਆਂ ਨੂੰ ਸੋਨੂ ਉਹ ਜਿਹੜਾ ਮੈਨੇਜਰ ਨਹੀਂ ਘਰ ਆਇਆ ਇਹਦਾ ਬੰਦਾ ਸੀ ਇਹਨੇ ਕਲਾਇਆ ਸੀ ਘਰ ਤੇ ਮੇਰੇ ਉੱਥੇ ਉਹ ਕਾਬੂ ਆ ਗਿਆ ਰੈਸਟੋਰੈਂਟ ਦੇ ਵਿੱਚ ਦੋ ਕੁ ਚਪੇੜਾਂ ਲੱਗੀਆਂ ਨੀ ਤੇ ਸਾਰਾ ਸੱਚ ਕੱਢ ਕੇ ਉਹਨੇ ਬਾਹਰ ਰੱਖ ਦਿੱਤਾ
ਸਾਡੇ ਸਿਰ ਦੇ ਉੱਤੇ 1 ਰੁਪਈਆ ਕਰਜ਼ਾ ਨਹੀਂ ਹੈਗਾ। ਇਸ ਬੰਦੇ ਨੇ ਝੂਠੇ ਸੱਚੇ ਕਾਗਜ਼ ਬਣਾ ਕੇ ਸਾਡੇ ਤੇ ਕਰਜ਼ਾ ਸ਼ੋਅ ਕਰਵਾਇਆ। ਕਮਲ ਕੀ ਬੋਲੀ ਜਾਂਦਾ ਆ, ਉਹ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਹੋਇਆ ਸੀ। ਉਹ ਜਿਹੜਾ ਕਰਜ਼ਾ ਸੀ ਤੇ ਵਿੱਕੀ ਨੇ ਸਾਰਾ ਆਪਣੇ ਨਾਂ ਕਰਾ ਲਿਆ ਸੀ। ਆਪਣੇ ਨਾਂ ਕਰਵਾ ਲਿਆ ਸੀ? ਉਹ ਮਾਤਾ ਝੂਠ ਬੋਲਦਾ ਝੂਠ। ਨਾਲੇ ਜੋ ਕੁਝ ਵੀ ਸੀ ਨਾ ਇਹਨੇ ਸਾਰਿਆਂ ਜੀਆਂ ਦੇ ਵਿੱਚ ਚੰਗੇ ਬਣਨ ਲਈ ਕੀਤਾ, ਇਹੋ ਜਿਹਾ ਕੁਝ ਤੇ ਹੈ ਹੀ ਨਹੀਂ। ਉਹ ਤੇ ਇਹਨੇ ਸਿਰਫ ਸਾਡੇ ਅੱਖੀਂ ਘੱਟਾ ਪਾਇਆ ਵਾ ਕਿ ਮੈਂ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਚੰਗਾ ਬਣ ਜਾ। ਸਾਰੇ ਡਰਾਮੇ ਕੀਤੇ ਆ ਡਰਾਮੇ। ਬੋਲਦਾ ਨਹੀਂ ਹੁਣ, ਹੁਣ ਕਿਹੜਾ ਸੱਪ ਸੁੰਘ ਗਿਆ ਤੈਨੂੰ? ਆਪੇ ਹੀ ਦੱਸਦੇ ਆਪਣੇ ਮੂੰਹੋਂ। ਹੋਰ ਤੇ ਸਾਰੀਆਂ ਗੱਲਾਂ ਛੱਡੋ ਮੰਮੀ ਜੀ, ਆਹ ਵੇਖੋ ਇਹਦੀ ਸਭ ਤੋਂ ਵੱਡੀ ਕਰਤੂਤ। ਇਹਨੇ ਸਾਡੀ ਕੋਰਟ ਮੈਰਿਜ ਦੇ ਬਹਾਨੇ ਦੇ ਨਾਲ ਮੇਰੀ ਤੇ ਕਵਲ ਦੇ ਹਿੱਸੇ ਦੀ ਜ਼ਮੀਨ ਸਾਰੀ ਆਪਣੇ ਨਾਂ ਕਰਵਾ ਲਈ ਆ। ਐਡਾ ਧੋਖੇਬਾਜ਼ ਤੇ ਬੇਈਮਾਨ ਵਾ ਇਹ ਬੰਦਾ। ਆ ਵੇਖ ਅਸੀਂ ਇੱਥੇ ਸਿਰਫ 10 ਲੱਖ ਦੇ ਕਰਜ਼ੇ ਨੂੰ ਰੋਈ ਜਾਂਦੇ ਆ ਜਿਹੜਾ ਹੈ ਹੀ ਨਹੀਂ। ਸਾਨੂੰ ਤੇ ਲੱਖਾਂ ਕਰੋੜਾਂ ਦਾ ਘਾਟਾ ਪੈ ਗਿਆ ਵਾ। ਹਾਂ ਵੇਖੋ ਮੰਮੀ, ਆ ਵੇਖੋ ਮੇਰੇ ਤੇ ਸੰਦੀਪ ਦੇ ਸੈਨ। ਹਾਂ ਵੇ, ਤੈਨੂੰ ਸ਼ਰਮ ਨਹੀਂ ਆਈ? ਇੰਨਾ ਵੱਡਾ ਭਰਾ ਨਾਲ ਧੋਖਾ, ਸੱਤ ਘਰ ਦੇ ਡੈਣ ਵੀ ਛੱਡ ਦਿੰਦੀ ਆ, ਤੂੰ ਭਰਾ ਦਾ ਘਰ ਵੀ ਨਹੀਂ ਛੱਡਿਆ। ਬਸ਼ਰਮਣਾ ਹੋਵੇ ਕਿਸੇ ਥਾਂ ਦਾ, ਇਹ ਕਰਕੇ ਰੋਲਾ ਪਾਇਆ ਸੀ। ਛੇਤੀ ਚੱਲੋ, ਛੇਤੀ ਕੋਰਟ ਮੈਰਿਜ ਕਰਨੀ ਆ। ਦੀਦੀ ਮੈਨੂੰ ਤਾਂ ਪਹਿਲਾਂ ਹੀ ਨਹੀਂ ਆ ਗੱਲ ਹਜੇ ਮਹਾਉਣ ਦੀ ਕਿ ਉਦੋਂ ਇਹਨਾਂ ਨੇ ਸਪੈਸ਼ਲ ਤੁਹਾਨੂੰ ਰੋਕਿਆ ਪੇਕਿਆਂ ਦੇ ਜਾਣ ਤੋਂ ਤੇ ਸਿਰਫ ਆ ਕੋਰਟ ਮੈਰਿਜ ਕਰਾਉਣ ਕਰਕੇ। ਸਿਆਪਾ ਤਾਂ ਸਾਰਾ ਆਈਦਾ ਸੀ। ਇੱਕ ਤੇ ਆ ਜਿਹੜੀ ਹੈ ਨਾ ਬਲਦੀ ਦੇ ਉੱਤੇ ਪੂਰਾ ਤੇਲ ਪਾਉਂਦੀ ਆ। ਕੋਈ ਨਹੀਂ, ਇਹਨਾਂ ਦੋਵਾਂ ਨਾਲ ਨਜਿੱਠ ਲੈਂਦੇ ਪਹਿਲਾਂ ਤੇ ਇਹਨਾਂ ਤੇ ਮੈਂ ਬਾਅਦ ਚੋਂ ਗੱਲ ਕਰਦੀ ਹਾਂ। ਉਹ ਵਿੱਕੀ ਤੈਨੂੰ ਮਾਸਾ ਸ਼ਰਮ ਨਹੀਂ ਆਇਆ ਕੰਮ ਕਰਦੇ ਆ? ਉਹ ਸਕੇ ਭਰਾ ਆਪਾਂ ਸਕੇ, ਉਹ ਮੰਨਿਆ ਨਿੱਕਿਓਂ ਦੇ ਲੜਦੇ ਰਹੇ ਆ, ਪਰ ਐਡਾ ਵੱਡਾ ਧੋਖਾ, ਉਹ ਵੀ ਆਪਣੇ ਭਰਾਵਾਂ ਨਾਲ। ਉਹ ਇੱਕੋ ਮਾਂ ਦੇ ਢਿੱਡੋਂ ਜੰਮੇ ਆਪਾਂ, ਪਰ ਤੂੰ ਅਕਲ ਕਰਨੀ ਕੋਈ ਮਾੜੀ ਮੋਟੀ? ਇਹਨਾਂ ਨੂੰ ਇੰਨਾ ਹੋ ਗਿਆ ਲਾਲਚ ਵਿੱਚ ਕਿ ਤੂੰ ਆਹ ਕੰਮ ਕਰ ਲਿਆ ਜਿਹੜਾ? ਉਹ ਜਿਹੋ ਜੀ ਤੂੰ ਕਰਤੂਤ ਕੀਤੀ ਹੈ ਨਾ, ਤੇਰੀ ਇੱਕੋ ਹੀ ਸਜ਼ਾ ਵਾ ਵੀਰ, ਇਹਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਈਏ। ਹਾਂ ਹਾਂ, ਇਹਨੂੰ ਇਸ ਘਰ ਦੇ 'ਚ ਰਹਿਣ ਦਾ ਕੋਈ ਹੱਕ ਨਹੀਂ ਹੈਗਾ। ਹਾਂ ਕਰਵਾਈ ਆ ਮੈਂ ਆਪਣੇ ਨਾਂ ਜ਼ਮੀਨ, ਜੋ ਕੀਤਾ ਜਾਂਦਾ ਨਾ ਤੁਹਾਡੇ ਕੋਲੋਂ ਕਰ ਲਓ। ਵਿੱਕੀ ਬੰਦਿਆਂ ਨੂੰ ਆ ਪੇਪਰ ਵਾਪਸ ਕਰ ਦੇ, ਨਹੀਂ ਤੇ ਤੁਹਾਡੇ ਦੋਵਾਂ ਜੀਆਂ ਤੇ ਧੋਖਾ ਧੜੀ ਦਾ ਕੇਸ ਕਰਾਂਗੇ। ਵਿੱਕੀ ਇਹਨਾਂ ਨੇ ਸਾਡੇ ਤੇ ਕੇਸ ਕਰਨਾ, ਉਹ ਵੀ ਧੋਖਾ ਧੜੀ ਦਾ। ਲੱਗਦਾ ਉਹ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਹੀ। ਉਹ ਤੁਸੀਂ ਕੇਸ ਕਰਾਓਗੇ ਮੇਰੇ ਉੱਤੇ, ਉਹ ਵੀ ਧੋਖਾ ਧੜੀ ਦਾ? ਤੁਹਾਨੂੰ ਸਾਰਿਆਂ ਜਾਣਿਆਂ ਨੂੰ ਫਸਾਊਂਗਾ, ਤੁਹਾਨੂੰ ਸਾਰਿਆਂ ਜਾਣਿਆਂ ਨੂੰ। ਮੈਨੂੰ ਪਹਿਲਾਂ ਪਤਾ ਸੀ ਕਿ ਤੁਸੀਂ ਸਾਰਿਆਂ ਜਾਣਿਆਂ ਨੇ ਇੱਦਾਂ ਹੀ ਕਰਨੀ ਆ ਮੇਰੇ ਨਾਲ, ਇਸੇ ਕਰਕੇ ਮੈਂ ਪਹਿਲਾਂ SHO ਨੂੰ ਪੈਸੇ ਦੇ ਕੇ ਆਇਆ, ਤੁਹਾਡਾ ਸਾਰਿਆਂ ਦਾ ਨਾਂ ਵੀ ਲਿਖਵਾ ਕੇ ਆਇਆ ਉੱਥੇ। ਨਹੀਂ ਤੂੰ ਕੀ ਵੇਖਣ ਦੀ ਆ, ਤੇਰਾ ਨਾਂ ਵੀ ਲਿਖਾਇਆ ਵਾ, ਉਹ ਵੀ ਪਹਿਲੀਆਂ 'ਚ, ਤੇ ਤੁਸੀਂ ਹੁਣ ਲਾ ਕੇ ਦੱਸੋ ਹੱਥ, ਕਿੱਡੀ ਛੇਤੀ ਗਲੇ ਨੂੰ ਫੜ ਲੈਂਦੇ ਸੀ, ਹੁਣ ਲਾਓ ਹੱਥ। ਪ੍ਰੀਤ ਉਹ ਇਹਨਾਂ ਨੇ ਹੁਣ ਮੈਨੂੰ ਕੀ ਹੱਥ ਲਾਉਣਾ ਆ, ਸਾਰਾ ਕੁਝ ਲਿਖਵਾਇਆ ਮੈਂ ਉੱਥੇ, ਪਹਿਲਾਂ ਮੇਰੇ ਨਾਲ ਜ਼ਮੀਨ ਕਰ ਦਿੱਤੀ ਆ, ਤਾਂ ਹੁਣ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਮੇਰੇ ਨਾਲ ਹੱਥੋਂ ਪਾਈ ਲੱਗੇ ਆ ਕਰਨ। ਬਾਕੀ ਆ ਪੇਪਰਾਂ ਨੂੰ ਪਾੜ ਕੇ ਤੁਸੀਂ ਕੀ ਕਰੋਗੇ? ਸਾਰਾ ਕੁਝ ਤੇ ਆਨਲਾਈਨ ਆ, ਉਹ ਜ਼ਮੀਨ ਤੇ ਮੇਰੇ ਨਾਲ ਚੜ ਗਈ ਆ ਕਦੋਂ ਦੀ। ਜੇ ਪਾੜਨੇ ਆ ਤਾਂ ਪਾੜ ਲਓ ਸੌਂਕ ਦੇ ਨਾਲ, ਜੇ ਜੇਲ੍ਹ ਕੱਟਣੀ ਆ ਤੇ ਮੈਂ ਕਹਿ ਦੂੰਗਾ ਕਿ ਹੱਥੋਂ ਪਾਈ ਦੇ ਵਿੱਚ ਇਹਨਾਂ ਨੇ ਜ਼ਮੀਨ ਦੇ ਪੇਪਰ ਪਾੜ ਦਿੱਤੇ। ਵਿੱਕੀ ਇੱਦਾਂ ਕਿੱਦਾਂ ਤੂੰ ਮੇਰੇ ਬੱਚਿਆਂ ਦਾ ਹੱਕ ਖੋ ਕੇ ਖਾ ਸਕਦਾ ਆ? ਐਡੀ ਛੇਤੀ ਜ਼ਮੀਨ ਤੇ ਹੀ ਤੈਨੂੰ ਵੀ ਹੜੱਪਣ ਨਹੀਂ ਦਿੰਦੇ? ਨਹੀਂ ਸਰੀਪ, ਅਸੀਂ ਹੁਣ ਕੁਛ ਨਹੀਂ ਕਰ ਸਕਦੇ, ਅਸੀਂ ਆਪਣੇ ਹੱਥ ਵੱਢ ਕੇ ਇਹਨੂੰ ਦੇ ਦਿੱਤੇ ਆ, ਸਹਿਣ ਕਰ ਦਿੱਤੇ ਆ। ਪਰ ਇਹ ਗੱਲ ਯਾਦ ਰੱਖੀ, ਤੂੰ ਉਹ ਨਿੱਕੇ ਨਿੱਕੇ ਬੱਚਿਆਂ ਦਾ ਹੱਕ ਖੋਣ ਡਿਆ, ਵੇਖੀ ਸਹੀ ਕਿਸੇ ਦਿਨ ਨੂੰ ਪਛਤਾਏਗਾ, ਰੋਏਗਾ ਇਸ ਵੇਲੇ ਨੂੰ। ਉਹ ਵਿੱਕੀ ਕੋਈ ਬੰਦਿਆਂ ਵਾਲਾ ਕੰਮ ਕਰ, ਬੰਦਿਆਂ ਵਾਲਾ ਪੁਲਿਸ ਕੰਪਲੇਂਟ, ਉਹ ਵੀ ਘਰ ਦੇ ਜੀਆਂ ਤੇ। ਉਹ ਘਰ ਪੁਲਿਸ ਆਊਗੀ ਕੀ ਕਹਿਣਗੇ ਲੋਕੀ, ਬੰਦਿਆਂ ਕੋ ਉਹਨਾਂ ਦਾ ਹਿੱਸਾ ਵਾਪਸ ਕਰਦੇ। ਕਹਿਣ ਵੇਖ ਕੌਣ ਡਿਆ, ਉਹ ਸ਼ੂਗਰ ਕਰ ਸ਼ੂਗਰ ਕਿ ਤੂੰ ਨਹੀਂ ਮੇਰੀ ਦਾੜ ਥੱਲੇ ਆਇਆ, ਨਹੀਂ ਤੇ ਤੇਰਾ ਹਿੱਸਾ ਵੀ ਨਾ ਪੇਪਰਾਂ ਦੇ ਵਿੱਚ ਹੋਣਾ ਸੀ। ਜੇ ਘਰ ਦੇ ਵਿੱਚ ਰਹਿਣਾ ਹੈ ਨਾ ਤੇ ਚੁੱਪ ਕਰਕੇ ਰਹਿ, ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ ਹੈਗੀ। ਘਰ 'ਚ ਤੂੰ ਇਕੱਲੇ ਨਹੀਂ ਰਹਿਣਾ, ਸਾਡਾ ਵੀ ਘਰ ਦੇ ਵਿੱਚ ਹਿੱਸਾ ਹੈਗਾ ਦੋਵਾਂ ਭਰਾਵਾਂ ਦਾ। ਤਾਂਹੀਓ ਤਾਂ ਕਹਿਣ ਡਿਆ ਕਿ ਤੇਰਾ ਹਿੱਸਾ ਹੈਗਾ ਆ ਤੇ ਚੁੱਪ ਕਰਕੇ ਰਹਿ। ਹੁਣੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਣ ਦੀਆਂ ਗੱਲਾਂ ਕਰਨ ਡੇ ਸੀ ਨਾ, ਹੁਣ ਤੂੰ ਦੱਸ ਆਪਣੇ ਆਪ ਜਾਏਗਾ ਕਿ ਜਾਂ ਧੱਕੇ ਮਾਰ ਕੇ ਬਾਹਰ ਕੱਢੀਏ ਤੈਨੂੰ? ਤੇ ਮੰਮੀ ਜੀ ਤੁਸੀਂ ਵੀ ਆਪਣਾ ਫੈਸਲਾ ਦੱਸ ਦਿਓ, ਸਾਡੇ ਨਾਲ ਰਹਿਣਾ ਕਿ ਜਾਂ ਫਿਰ ਇਹਨਾਂ ਨਾਲ ਜਿਹੜੇ ਕੱਖੋਂ ਹੋਲੇ ਹੋਏ ਬੈਠੇ ਆ। ਤੁਸੀਂ ਤਾਂ ਮੈਨੂੰ ਜਿੰਦੇ ਜੀ ਮਾਰ ਦਿੱਤਾ, ਤੁਸੀਂ ਤਾਂ ਮੇਰੇ ਬੁੱਢੇ ਬਾਰੇ ਹੱਡੀ ਰੋਲ ਦਿੱਤੇ ਆ। ਮਾਤਾ ਚੁੱਪ ਕਰਕੇ ਇਸ ਘਰ ਦੇ ਵਿੱਚ ਰਹੀ ਜਾ, ਰੋਟੀ ਪਾਣੀ ਟਾਈਮ ਸਿਰ ਮਿਲੀ ਜਾਊਗਾ, ਕਿਤੇ ਨਹੀਂ ਕੁਛ ਕਹਿੰਦੇ ਆਪਾਂ। ਤੇ ਭਾਅ ਜੀ ਮੇਰੀ ਸੁਣ ਲਓ ਗੱਲ, ਤੇ ਮੇਰੀ ਸੋਹਣੀ ਦੀਦੀ ਕਿਤੇ ਨਜ਼ਰ ਨਾ ਲੱਗ ਜੇ, ਸਿਰਫ ਅੱਧਾ ਘੰਟਾ ਤੁਹਾਡੇ ਕੋਲ, ਕੱਪੜੇ ਪਾਓ ਤੇ ਇੱਥੋਂ ਨਿਕਲਦੇ ਬਣੋ, ਚੁੱਕੋ ਆਪਣੇ ਜਵਾਕ ਨਾਲ ਹੀ। ਜਾਓ ਤੁਸੀਂ ਵੀ ਨਾਲ ਜਾਓ, ਆਪਣੇ ਚਹੇਤਿਆਂ ਦੀ ਪੈਕਿੰਗ ਕਰਵਾ ਦਿਓ,
ਇਸ ਘਰ ਦੇ ਵਿੱਚੋਂ ਤੁਹਾਡੇ ਚਹੇਤੇ ਜਾਣ ਲੱਗੇ ਹਨ ਉਹ ਵੀ ਸਦਾ ਵਾਸਤੇ ਅਸੀਂ ਪੰਚਾਇਤ ਨਾਲ ਇਕੱਠੀ ਕਰਾਂਗੇ ਯਾਰ ਜੋ ਕਰਨਾ ਕਰ ਲਾ ਠੀਕ ਆ ਨਾ ਮੈਂ ਡਰਦਾ ਨਹੀਂ ਕਿਸੇ ਦੇ ਕੋਲੋਂ ਵੇ ਵਿੱਕੀ ਏਦਾਂ ਨਾ ਕਰ ਕੋਹ ਤੇ ਉਹਨਾਂ ਤੇ ਤਰਸ ਕਰ ਨਿੱਕੇ ਨਿੱਕੇ ਜਵਾਕ ਲਿਆ ਕੇ ਕਿੱਥੇ ਜਾਣਗੇ ਸੜਕਾਂ ਤੇ ਰੁਲ ਜਾਣਾ ਉਹਨਾਂ ਉਹ ਕਿਤੇ ਨਹੀਂ ਰੁਲਦੇ ਮਾਤਾ ਸੜਕਾਂ ਦੇ ਉੱਤੇ ਉਹ ਪੇਕੇ ਘਰ ਵੀ ਹੈਗਾ ਆ ਜ਼ਮੀਨ ਵੀ ਹੈਗੀ ਆ ਉਹ ਇਹ ਤਾਂ ਅਜੇ ਵੀ ਸ਼ਾਹ ਤੇ ਛਾਣੀ ਆ ਫਿਕਰ ਕਿਉਂ ਕਰਦੀ ਇਹਨਾਂ ਦਾ ਤਾਂ ਹੀ ਤੂੰ ਉਹਨਾਂ ਦੀ ਜ਼ਮੀਨ ਨਾਲ ਵਾਲੀ ਆ ਉਹ ਮਾਤਾ ਤਗੜੇ ਦਾ 3700 ਹੁੰਦਾ ਉਹ ਮੇਰਾ ਜ਼ੋਰ ਚੱਲਿਆ ਮੈਂ ਨਾਲ ਵਾਲੀ ਵੇਖੀ ਕੀ ਜਾਂਦੇ ਜੇ ਹੁਣ ਤੁਹਾਡੇ ਵਾਸਤੇ ਇੱਥੇ ਬੈਂਡ ਵਾਜੇ ਸੱਦਣੇ ਪੈਣਗੇ ਫਿਰ ਜਾਓਗੇ ਚਲੋ ਚਲੋ ਚੱਲਦੇ ਬਣੋ ਇਹ ਦੁਨੀਆ ਰੰਗ ਬਰੰਗੀ ਏ ਕਿਤੇ ਮਾੜੀ ਤੇ ਕਿਤੇ ਚੰਗੀ ਏ ਦਿਨ ਚੰਗੇ ਮਾੜੇ ਆਉਂਦੇ ਜਾਂਦੇ ਦਿਨ ਚੰਗੇ ਮਾੜੇ ਆਉਂਦੇ ਜਾਂਦੇ ਨਾ ਠੇਰੀ ਠਾ ਕੇ ਬੈ ਸੱਜਣਾ ਦੁਸ਼ਮਣ ਤੋਂ ਵਿੱਕੀ ਜੇ ਸੱਚ ਪੁੱਛਦੇ ਜੇ ਨਾ ਤੇ ਅੱਜ ਇਸ ਘਰ ਦੇ ਵਿੱਚ ਨਾ ਆਪਣਾਪਨ ਮਹਿਸੂਸ ਹੋਣ ਡਿਆ ਮੈਨੂੰ ਤੇ ਹੋਰ ਕੀ ਉਹ ਪਹਿਲਾਂ ਇਹ ਘਰ ਦੇ ਵਿੱਚ ਹਵਾ ਸਾਂਝੇ ਕਰਦੀ ਸੀ ਪਰ ਅੱਜ ਹਵਾ ਸਾਡੀ ਆਪਣੀ ਆ ਉਹ ਤਿੰਨ ਹਿੱਸੇ ਹੋ ਗਏ ਆਪਣੇ ਤਿੰਨ ਹਿੱਸੇ ਬਸ ਇੱਕ ਹਿੱਸਾ ਬਚਦਾ ਉਹ ਵੀ ਸੋਨੂੰ ਦਾ ਤੇ ਉਹ ਵੀ ਕੀ ਪਤਾ ਕਿੰਨਾ ਕੁ ਚੇਰਾ ਜੀਤਾ ਜੀ ਤੇ ਕਰਨ ਡਿਆ ਵਾ ਇਹਨਾਂ ਦੋਵਾਂ ਜੀਆਂ ਨੂੰ ਜਾਨੋ ਮਾਰਦਾ ਜਾਨੋ ਜਿਹੋ ਜਿਹਾ ਇਹਨਾਂ ਨੇ ਕੰਮ ਕੀਤਾ ਵਾ ਗੱਲ ਤਾਂ ਤੁਹਾਡੀ ਠੀਕ ਆ ਪਰ ਤੁਸੀਂ ਉਹਨਾਂ ਚੁੱਪ ਹੀ ਰਹੋ ਇਹਨਾਂ ਬੇਈਮਾਨਾਂ ਦਾ ਕੀ ਪਤਾ ਕੱਲ੍ਹ ਨੂੰ ਕੋਈ ਪੁੱਠੀ ਸਿੱਧੀ ਗੇਮ ਪਾ ਕੇ ਤੇ ਸਾਨੂੰ ਵੀ ਘਰੋਂ ਬਾਹਰ ਕੱਢ ਦੇਣ ਨਾ ਇਸ ਗੱਲ ਦਾ ਫਿਰ ਕੀ ਮਤਲਬ ਹੋਇਆ ਕਿ ਅਸੀਂ ਇਹਨਾਂ ਕੋ ਡਰ ਕੇ ਇਹਨਾਂ ਦੇ ਥੱਲੇ ਲਾ ਕੇ ਇਹ ਘਰ 'ਚ ਰਹੀਏ ਹਾਂਜੀ ਸਮਝਦਾਰੀ ਹੁਣ ਤੇ ਇਹਦੇ ਵਿੱਚ ਹੀ ਆ ਨਾ ਚਾਹੁੰਦੇ ਹੋਏ ਵੀ ਨਾ ਸਾਨੂੰ ਇਹਨਾਂ ਦੀ ਹੁਣ ਗੱਲ ਮੰਨਣੀ ਪੈਣੀ ਆ ਨਹੀਂ ਤਾਂ ਆਹ ਵੇਖ ਲਓ ਕਮਲ ਭਾਜੀ ਤੇ ਸੰਦੀਪ ਦੀਦੀ ਨਾਲ ਇਹਨਾਂ ਨੇ ਕੀ ਕੀਤਾ ਵਾ ਉਹ ਹੀ ਕੁਛ ਹਟਣਾ ਕਰਨਗੇ ਫਿਰ ਜੀਤਾ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਵੀ ਇਹ ਸਾਡੇ ਨਾਲ ਐਵੇਂ ਕਰੂਗਾ ਇਹ ਦੋਵਾਂ ਭਰਾਵਾਂ 'ਚੋਂ ਛੋਟਾ ਭਰਾ ਇਹਨੂੰ ਅਸੀਂ ਲਾਡਲਾ ਰੱਖਿਆ ਬਾਹਰ ਦੋਵਾਂ ਭਰਾਵਾਂ ਨੇ ਕੰਮ ਕਰਨ ਚਲ ਜਾਣਾ ਇਹਨੂੰ ਕਹਿਣਾ ਤੂੰ ਘਰ ਰਹਿ ਸਾਰਾ ਦਿਨ ਅਸੀਂ ਪੱਠੇ ਵੱਟ ਵੱਟ ਮਰ ਜਾਣਾ ਉਹ ਗੋਹਾ ਸੁੱਟ ਸੁੱਟ ਅਸੀਂ ਮਰ ਗਏ ਇਹਨੂੰ ਪੜ੍ਹਾਇਆ ਲਿਖਾਇਆ ਇਹੋ ਜਿਹੇ ਕੰਮ ਕਰੂਗਾ ਸਾਡੇ ਨਾਲ ਆਹ ਇਹਨੇ ਕਰਤੂਤ ਕੀਤੀ ਉਹ ਵੇਖ ਲਾ ਇੱਕ ਇਹਦੇ ਨਾਲ ਉਹ ਰਲੀ ਉਹ ਇਹਦੇ ਨਾਲ ਵਾਲੀ ਜਿੱਦਾਂ ਦਾ ਇਹ ਆ ਨਾ ਉੱਦਾਂ ਦੀ ਉਹ ਆ ਸੱਚੀ ਸੌ ਸ਼ਤਾਨ ਮਰਿਆ ਨਾ ਜਿਹਦੇ ਨੇ ਵਿੱਕੀ ਤੇ ਪ੍ਰੀਤ ਪੈਦਾ ਹੋਏ ਹੋਣੇ ਆ ਗੱਲ ਤਾਂ ਤੁਹਾਡੀ ਠੀਕ ਆ ਪਰ ਨਾ ਹੁਣ ਇਸ ਟਾਈਮ ਸਮਾਂ ਵੀ ਉਹਨਾਂ ਦਾ ਹੀ ਸਾਥ ਦੇਣ ਡਿਆ ਏ ਹੁਣ ਕਿਤੇ ਰੱਬ ਦੀ ਮਾਰ ਹੀ ਵੱਜੂਗੀ ਤੇ ਫੇਰ ਹੀ ਇਹਨਾਂ ਨੂੰ ਅਗਲ ਆਏਗੀ ਰੱਬ ਨੇ ਵੀ ਇਹਨਾਂ ਨੂੰ ਕੀ ਮਾਰ ਮਾਰਨੀ ਆ ਉਹ ਰੱਬ ਵੀ ਇਹੋ ਜਿਹਾ ਤਾਂ ਡਰਦਾ ਵਾ ਪੁੱਤ ਮੈਂ ਕਿੱਦਾਂ ਦੀ ਮਾਂ ਵਾਂ ਜਿਹੜੀ ਆਪਣੇ ਨੌਂ ਪੁੱਤ ਨੂੰ ਅੱਖੀਂ ਆਪਣੇ ਘਰੋਂ ਬੁਖਾਰ ਹੁੰਦੇ ਵੇਖਣ ਡਈ ਹਾਂ ਅਤੇ ਮੈਂ ਤੁਹਾਡੇ ਵਾਸਤੇ ਕੋਈ ਨਹੀਂ ਪੁੱਤ ਕਰ ਸਕਦੀ ਕੋਈ ਨਹੀਂ ਮੰਮੀ ਕੋ ਮਾੜੇ ਕਰਮ ਕੀਤੇ ਹੋਣਗੇ ਜਿਨ੍ਹਾਂ ਦੀ ਸਜ਼ਾ ਸਾਨੂੰ ਮਿਲ ਰਹੀ ਆ ਪੁੱਤ ਤੁਸੀਂ ਇੱਦਾਂ ਕਰੋ ਬੁਖਾਰ ਹੋਵੋ ਤਾਂ ਮੇਰੇ ਕੋਲ ਨਹੀਂ ਵੇਖਿਆ ਜਾਂਦਾ ਨਿੱਘੇ ਨਿੱਘੇ ਬੱਚੇ ਆ ਮੈਂ ਮਰ ਕੇ ਪਾਲੇ ਆ ਮੈਂ ਉਹਨਾਂ ਨੂੰ ਕਿੱਦਾਂ ਵੇਖਾਂ ਅੱਜ ਇੱਦਾਂ ਮੰਮੀ ਹੁਣ ਅਸੀਂ ਵੀ ਕੀ ਕਰ ਸਕਦੇ ਹਾਂ ਜੇ ਵਿੱਕੀ ਦੇ ਨਾਲ ਕੋਈ ਵਧੀਕੀ ਕੀਤੀ ਉਹਨੇ ਤਾਂ ਪੁਲਿਸ ਰਿਪੋਰਟ ਅੱਗੇ ਹੀ ਕੀਤੀ ਆ ਉਹਨੇ ਤਾਂ ਝੱਟ ਪੁਲਿਸ ਸੱਦ ਲੈਣੀ ਸਾਡੇ ਉੱਤੇ ਸਾਨੂੰ ਇਹ ਘਰੋਂ ਜਾਣਾ ਹੀ ਸਹੀ ਆ ਸੱਚੀ ਦੀਦੀ ਤੁਸੀਂ ਚੱਲ ਜਾਓਗੇ ਨਾ ਤੇ ਮੇਰਾ ਬਿਲਕੁਲ ਵੀ ਨਹੀਂ ਜੀ ਲੱਗਣਾ ਇਸ ਘਰ ਵਿੱਚ ਮੈਂ ਤਾਂ ਤੁਹਾਡੇ ਨਾਲ ਇੱਕੋ ਜਿਹੀਆਂ ਹੀ ਰਹਿੰਦੀਆਂ ਸੀ ਸਾਥੋ ਸਾਥ ਉਹਨੂੰ ਤਾਂ ਮੈਂ ਵੇਖ ਵੀ ਨਹੀਂ ਸਿਖਾਉਂਦੀ ਮੈਂ ਕਿੱਦਾਂ ਉਹਦੇ ਨਾਲ ਕੱਟਾਂਗੀ ਕੀ ਕਰੀਏ ਜੀਤਾ ਹੁਣ ਸਾਨੂੰ ਜਾਣਾ ਹੀ ਪੈਣਾ ਆ ਜਦੋਂ ਆਪਣੇ ਘਰ ਦੇ ਵਿੱਚ ਆਪਣੇ ਦੁਸ਼ਮਣ ਬਣ ਜਾਣ ਨਾ ਫਿਰ ਉਹ ਘਰ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਆ ਇਹਦੇ ਨਾਲ ਚੰਗਾ ਹੀ ਚੱਲੀ ਜਾਈਏ ਕੋਈ ਗੱਲ ਨਹੀਂ ਦੀਦੀ ਤੁਸੀਂ ਬਿਲਕੁਲ ਨਹੀਂ ਟੈਨਸ਼ਨ ਲੈਣੀ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਅੱਜ ਇਹ ਬੇਸ਼ੱਕ ਖਿੜਖਿੜ ਹੱਸਣ ਡੇ ਆ ਪਰ ਰੱਬ ਦੀ ਮਾਰ ਵੱਜਦਿਆਂ ਦੇਰ ਨਹੀਂ ਲੱਗਦੀ ਵੇਖਿਓ ਸਹੀ ਇਹਨਾਂ ਨੂੰ ਰੋਣ ਨੂੰ ਕਿਸੇ ਦਾ ਮੋਢਾ ਨਹੀਂ ਲੱਭਣਾ ਇਕੱਲੇ ਹੀ ਰਹਿ ਜਾਣੇ ਆ ਇਹ ਵੀਰ ਤੂੰ ਫਿਕਰ ਨਾ ਕਰੀ ਅਸੀਂ ਤੈਨੂੰ ਇਹ ਘਰ ਵਿੱਚ ਜ਼ਰੂਰ ਲੈ ਕੇ ਆਵਾਂਗੇ ਚਲੋ ਕਮਲ ਫੜੋ ਬੈਗ ਚੱਲੀਏ ਮੈਨੂੰ ਤਾਂ ਅਜੇ ਵੀ ਨਹੀਂ ਯਕੀਨ ਹੋਣ ਡਿਆ ਵੀ ਇਹ ਇੱਦਾਂ ਸਾਡੇ ਨਾਲ ਕਰ ਸਕਦੇ ਆ ਟੋਕਰੀ ਵੀ ਫੜ ਲਓ ਜੀ ਤਾਂ ਤੈਨੂੰ ਹੀ ਨਹੀਂ ਯਕੀਨ ਤਾਂ ਸਾਨੂੰ ਵੀ ਨਹੀਂ ਹੋਣ ਡਿਆ ਕਿ ਸਾਡੇ ਨਾਲ ਹੋ ਕੀ ਗਿਆ ਵਾ ਪਰ ਜ਼ੋਰ ਨਹੀਂ ਨਾ ਇੱਥੇ ਕੋਈ ਵੀ ਚਲੋ ਕੋਈ ਨਹੀਂ ਫੜੋ ਕਮਲ ਮੇਹਰ ਨੂੰ ਦੀਦੀ ਨਿਆਣਿਆਂ ਤੋਂ ਬਗੈਰ ਤਾਂ ਮੇਰੀ ਇੱਕ ਘੜੀ ਨਹੀਂ ਲੰਘਦੀ ਮੇਰਾ ਕਿੱਦਾਂ ਜੀ ਲੱਗੂਗਾ ਇਹਨਾਂ ਤੋਂ ਬਗੈਰ ਕੀ ਕਰੀਏ ਹਾਂ ਫੜੋ ਸਾਡੇ ਘਰ ਦੀ ਤੇ ਮੰਮੀ ਰੌਣਕ ਹੀ ਖਤਮ ਹੋ ਗਈ ਆ ਇਹਨਾਂ ਦੇ ਮਗਰ ਨੂੰ ਤੇ ਕੁਛ ਵੀ ਨਹੀਂ ਰਹਿ ਜਾਣਾ ਸਾਡੇ ਕੋਲ ਮੰਮੀ ਨਾ ਇਦਾਂ ਕਰੀ ਜਾਓ ਮੁੰਡਾ ਆਪਣਾ ਧਿਆਨ ਰੱਖਿਓ
अपनी सेहत वाल भी ध्यान दियो, ऐदा कर करके बीमार ना हो जाओ। मुंडे नूं भी चुको। ਵੀਰਾ ਫੜਾ ਦੇ ਬੈਗ ਨੂੰ। ਰਹਿਣ ਦੇ ਕੋਈ ਨਹੀਂ ਯਾਰ, ਨਹੀਂ ਕੋਈ ਨਹੀਂ। ਇਹ ਦੁਨੀਆ ਰੰਗ ਬਰੰਗੀ ਏ, ਕਿਤੇ ਮਾੜੀ ਤੇ ਕਿਤੇ ਚੰਗੀ ਏ, ਦਿਨ ਚੰਗੇ ਮਾੜੇ ਆਉਂਦੇ ਜਾਂਦੇ, ਦਿਨ ਚੰਗੇ ਮਾੜੇ ਆਉਂਦੇ ਜਾਂਦੇ, ਨਾ ਢੇਰੀ ਢਾ ਕੇ ਬੈ ਸਜਣਾ, ਦੁਸ਼ਮਣ ਤੋਂ ਖਤਰਾ ਘੱਟ ਹੁੰਦਾ, ਆਪਣਿਆਂ ਤੋਂ ਬਚ ਕੇ ਰਹਿ ਸੱਜਣਾ, ਓ ਦੁਸ਼ਮਣ ਤੋਂ ਖਤਰਾ ਘੱਟ ਹੁੰਦਾ, ਆਪਣਿਆਂ ਤੋਂ ਬਚ ਕੇ ਰਹਿ ਸੱਜਣਾ। ਕਦੋਂ ਤੇ ਡੇ ਸੀ ਆਪਾਂ ਚੱਲਾਂ ਚੱਲਣ, ਅੱਜ ਫਿਰ ਆਪਾਂ ਕਾਮਯਾਬ ਹੋ ਹੀ ਗਏ ਆ। ਬਸ ਫਿਰ ਇਦਾਂ ਹੀ ਆ, ਉਹ ਇੱਕ ਨਾ ਇੱਕ ਦਿਨ ਤਾਂ ਬਾਜੀ ਸਾਡੇ ਹੱਥ ਆਉਣੀ ਹੀ। ਪਰ ਮੈਨੂੰ ਨਾ ਇੱਕ ਗੱਲ ਦੀ ਨਹੀਂ ਸਮਝ ਲੱਗੀ। ਉਹ ਕਿਹੜੀ ਦੀ? ਕਿ ਆ ਪੁਲਿਸ ਵਾਲਾ ਕਿਹੜਾ ਚੱਕਰ ਸੀ, ਕੀ ਗੱਲ ਬਣੀ ਆ, ਪਤਾ ਜਿਹਾ ਨਹੀਂ ਲੱਗਾ ਮੈਨੂੰ। ਉਹ ਸਦੈਣੇ, ਮੈਂ ਪਿਛਲੇ ਹਫ਼ਤੇ SH ਨੂੰ ਪੈਸੇ ਦੇ ਕੇ ਆਇਆ ਸੀ, ਨਾਲੇ ਸਾਰਾ ਕੁਝ ਲਿਖਾ ਕੇ ਵੀ ਆ ਗਿਆ ਸੀ। ਮੈਨੂੰ ਪਤਾ ਸੀ ਕਿ ਜੇ ਕੋਈ ਨਾ ਕੋਈ ਇਹਨਾਂ ਨੇ ਖਰਾਬੀ ਕੀਤੀ ਫਿਰ ਆਪਣੇ ਉਹਨੇ ਕੰਮ ਆਉਣਾ ਆ। ਬੜੇ ਚਲਾਕ ਜੇ, ਬੈਂਕ ਮੈਨੇਜਰ ਹੈ, ਵਕੀਲ, SHO, ਸਾਰੇ ਤੱਕ ਬੜੀ ਤੁਹਾਡੀ ਪਹੁੰਚ। ਉਹ ਬਸ ਫਿਰ ਜੇ ਇੱਦਾਂ ਦੇ ਕੰਮ ਕਰਾਉਣੇ ਆ ਨਾ ਤਾਂ ਸਾਰਿਆਂ ਨੂੰ ਕੁੰਡੀਆਂ ਪਾ ਕੇ ਰੱਖਣੀਆਂ ਪੈਂਦੀਆਂ ਆ, ਸਾਰਿਆਂ ਨੂੰ ਆਪਣੇ ਹੱਥ 'ਚ ਰੱਖਣਾ ਪੈਂਦਾ ਆ, ਇਹਨਾਂ ਸਾਰਿਆਂ ਦਾ ਸਾਥ ਬੜਾ ਜ਼ਰੂਰੀ ਆ ਇਹੋ ਜਿਹੇ ਕੰਮਾਂ ਵਿੱਚ। ਉੱਦਾਂ ਨਾ ਮੈਨੂੰ ਆਹ ਪੁਲਿਸ ਵਾਲੀ ਗੱਲ ਦਾ ਤਾਂ ਨਹੀਂ ਸੀ ਪਤਾ ਜੀ, ਤੈਨੂੰ ਤਾਂ ਮੈਂ ਫੋੜ ਹੀ ਮਾਰਤੀ ਕਿ ਤੇਰਾ ਨਾਂ ਆਪਾਂ ਪਹਿਲੀਆਂ 'ਚ ਲਿਖਾਇਆ, ਇੰਨੇ ਨਾਲ ਮੈਂ ਡਰਦੇ ਜਾਣਾ ਹੀ ਆ ਨਾ ਹੁਣ। ਆਹੋ ਤੇ ਹੋਰ ਕੀ। ਚਲੋ ਸਾਰੀ ਜ਼ਮੀਨ ਜਾਇਦਾਦ ਤਾਂ ਰੇੜੀ ਨਾ ਸਾਡੇ ਹੱਥ ਵਿੱਚ ਆ ਗਈ ਹੈ ਨਾ, ਹੁਣ ਬਸ ਰਾਜ ਹੀ ਰਾਜ ਆਪਣਾ ਹੈ। ਬਸ ਬਸ ਚੱਲ ਆ ਜਾ, ਚੱਲ ਗਏ ਆਪਾਂ। ਉਦਾਂ ਮੈਂ ਸੋਚਦੀ ਹਾਂ ਦੁੱਖ ਤਾਂ ਲੱਗਦਾ ਹੀ ਹੋਣਾ ਇਹਨਾਂ ਨੂੰ ਵੀ। ਆਹੋ ਦੁੱਖ ਤਾਂ ਫਿਰ ਲੱਗਣਾ ਹੀ ਆ, ਉਹ ਆਪਣਾ ਸਾਰਾ ਕੁਝ ਛੱਡ ਕੇ ਜਾਣ ਨੂੰ ਕਿਸੇ ਦਾ ਜੀ ਕਰਦਾ। ਚੱਲ ਆ ਜਾ, ਸਾਨੂੰ ਕੀ।